ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਅੱਜ ਬੇਅਦਬੀ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਡੇਰਾ ਸਿਰਸਾ ਤੇ ਨਿਸ਼ਾਨਾ ਸਾਧਿਆ ਕਿਹਾ ਕਿ ਅਕਾਲੀ ਦਲ ਨੇ 2017 ਚ ਵੋਟਾਂ ਦੀ ਖਾਤਰ ਡੇਰਾ ਸਿਰਸਾ ਨਾਲ ਗੱਠ ਜੋੜ ਕੀਤਾ। ਉਹਨਾਂ ਕਿਹਾ ਕਿ ਵੋਟਾਂ ਦੀ ਖਾਤਰ ਅਤੇ ਅਕਾਲੀ ਦਲ ਦੇ ਕਹਿਣ ਤੇ ਹੀ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ। ਉਹਨਾਂ ਕਿਹਾ ਕਿ ਅਜਿਹਾ ਕਰਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਿੱਖ ਧਰਮ ਦੇ ਦੋਸ਼ੀ ਸਾਬਤ ਹੁੰਦੇ ਨੇ ਅਤੇ ਉਹਨਾਂ ਨੂੰ ਪੰਥ ਤੋਂ ਛੇਕਿਆ ਜਾਣਾ ਚਾਹੀਦਾ ਹੈ। ਇਸ ਲਈ ਉਹਨਾਂ ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ। ਇਕਰਾਰਨਾਮਾ ਜਿਹੜਾ ਦਿੱਤਾ ਹੈ ਵੀ ਅਸੀਂ ਇਸ ਗੁਨਾਹ ਦੇ ਅੰਦਰ ਪੁਕਤ ਅਸੀਂ ਇਹਨਾਂ ਦੇ ਸਾਂਝੀ ਹੈ ਸਾਂਝੀ ਸਾਂਝਵਾਲ ਇਹਨਾਂ ਦੇ ਨਾਲ ਅਕਾਲੀਆਂ ਦੇ ਨਾਲ ਹਰੇਕ ਕ੍ਰਾਈਮ ਜੋ ਵੀ ਕ੍ਰਾਈਮ ਹੁੰਦਾ ਹੈ ਕ੍ਰਾਈਮ ਦਾ ਕੋਈ ਨਾ ਕੋਈ ਮੋਟਿਵ ਹੁੰਦਾ ਹੈ ਕਾਰਨ ਹੁੰਦਾ ਹੈ ਪਰਪਸ ਹੁੰਦਾ ਵੀ ਕਿਉਂ ਕ੍ਰਾਈਮ ਕਮਿਟ ਕੀਤਾ ਗਿਆ ਮੋਟਿਵ ਹੈਜ਼ ਬੀਨ ਐਕਸਪਲੇਨਡ ਯੈਸਟਰਡੇ ਉਹ ਮੋਟਿਵ ਜਿਹੜਾ ਹੈ ਕੱਲ ਉਹਨਾਂ ਨੇ ਦੱਸਤਾ ਵੀ ਆਹ ਮੋਟਿਵ ਜਿਹੜਾ ਸੀਗਾ ਆ ਅਸੀਂ ਵੋਟਾਂ ਪਾਈਆਂ ਸੀਗੀਆਂ ਵੋਟਾਂ ਪਾਈਆਂ ਅਕਾਲੀ ਦਲ ਨੂੰ ਇਹਦੇ ਨਾਲ ਅਕਾਲੀ ਦਲ ਦਾ ਜਿਹੜਾ ਅੱਜ ਤਾਈਂ ਆਪਣੇ ਆਪ ਨੂੰ ਇਹ ਸਾਰੇ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਗੱਲ ਕਲੀਅਰ ਹੈ ਪਰ ਅੱਜ ਤਾਈਂ ਸਿਰਫ ਇਹਨੂੰ ਇੱਕ ਅੰਦਾਜ਼ਾ ਮੰਨਿਆ ਜਾਂਦਾ ਸੀ ਵੀ ਇਹ ਪਰਸੈਪਸ਼ਨ ਹੈ ਦੈਟ ਪਰਸੈਪਸ਼ਨ ਹੈਜ਼ ਬੀਨ ਕਲੀਅਰਡ ਇਟ ਹੈਜ਼ ਬਿਕਮ ਅ ਫੈਕਟ ਕਿਉਂਕਿ ਇਹਦੇ ਨਾਲ ਆ ਸਾਬਤ ਹੋ ਗਿਆ ਵੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਪਾਲਿਸੀ ਸੀਗੀ ਉਹ ਸੀਗੀ ਇੱਕ ਆਤ ਦੇ ਇੱਕ ਆਤ ਲੈ ਉਹਨਾਂ ਨੇ ਜਿਹੜਾ ਵੋਟਾਂ ਦਾ ਸੌਦਾ ਕੀਤਾ ਉਹ ਕਲੀਅਰ ਸੀਗਾ ਤੂੰ ਮuje ਵੋਟ ਦੋ ਮੈਂ ਤੁਮੇ ਮਾਫੀ ਦੂੰਗਾ ਇਹਦੇ ਬਾਅਦ ਕੋਈ ਕਿੰਤੂ ਪਰੰਤੂ ਨਹੀਂ ਰਹਿ ਜਾਂਦੀ ਐਸੇ ਕ੍ਰਿਮੀਨਲ ਐਸਪੈਕਟ ਥੈਟ ਇਜ਼ ਅ ਸੈਪਰੇਟ ਸਟੋਰੀ ਜਿੱਥੇ ਤਾਈ ਧਾਰਮਿਕ ਭਾਵਨਾਵਾਂ ਦਾ ਸਵਾਲ ਹੈ ਮੇਰਾ ਮੰਨਣਾ ਹੈ ਦੇਰੇ ਦਾ ਆਖਣਾ ਅਫੀਸ਼ੀਅਲ ਤੌਰ ਤੇ ਵੀ ਅਸੀਂ ਅਕਾਲੀਆਂ ਨੂੰ ਵੋਟਾਂ ਪਾਈਆਂ ਸੀਗੀਆਂ ਇਹਦੇ ਨਾਲ ਅਕਾਲੀ ਦਲ ਦੇ ਪ੍ਰਧਾਨ ਸਿੱਖ ਧਰਮ ਦੇ ਪੰਥ ਦੇ ਦੋਸ਼ੀ ਕਰਾਰ ਸਾਬਿਤ ਹੁੰਦੇ ਐ ਤੇ ਜਿਹੜੀ ਦਰਖਾਸਤ ਪਹਿਲਾਂ ਅਕਾਲ ਤਖਤ ਸਾਹਿਬ 'ਚ ਦਿੱਤੀ ਗਈ ਸੀ ਵੀ ਇਹਨਾਂ ਨੂੰ ਪੰਥ 'ਚੋਂ ਛੇਕਿਆ ਜਾਵੇ ਮੈਂ ਸਮਝਦਾ ਇਹਦੇ ਬਾਅਦ ਕਿਸੇ ਸਬੂਤ ਦੀ ਲੋੜ ਨਹੀਂ ਰਹਿੰਦੀ ਕਿਉਂਕਿ ਇਹਨਾਂ ਕੋਲ ਉਸ ਸਮੇਂ ਜਿਹੜੀ ਕਿਉਂ ਇਹਨਾਂ ਦਾ ਮਨ ਬਦਲਿਆ ਜਿਹੜੇ ਕਹਿੰਦੇ ਪਹਿਲਾਂ ਅਸੀਂ ਕਾਂਗਰਸ ਨੂੰ ਵੋਟਾਂ ਪਾਉਂਦੇ ਰਹੇ ਹਾਂ ਅੱਜ ਡੇਰਾ ਸਾਰਾ ਕੁਝ ਕਹਿ ਰਿਹਾ ਪਰ 2017 ਦੇ ਅੰਦਰ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਉਹਦਾ ਕੀ ਕਾਰਨ ਸੀਗਾ ਇੱਕ ਪਾਸੇ ਇਲਜ਼ਾਮ ਲੱਗ ਰਹੇ ਸੀਗੇ ਵੀ ਸਾਡੇ ਜਿਹੜੇ ਅਨਿਆਈ ਹੈ ਚਾਹੇ ਉਹ ਜਵਾਰ ਜਵਾਰ ਸਿੰਘ ਵਾਲਾ ਸੀਗਾ ਜਿਹਦਾ ਕਤਲ ਹੋਇਆ ਕਹਿੰਦੇ ਕਹਿੰਦਾ ਉਹਨੂੰ ਮਾਰਨ ਵਾਲੇ ਇਕੱਲੇ ਸੀਗੇ ਦੂਜੇ ਪਾਸੇ ਇਕੱਲਿਆਂ ਨੂੰ ਵੋਟਾਂ ਪਾ ਰਹੇ ਆ